ਵਿੱਕੀ ਤੁਹਾਡੇ ਕੀ ਲੱਗਦੇ ਨੇ? ਬ੍ਰਦਰ ਆ ਜੀ, ਬੜਾ ਜੀ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀਗੀ। ਕਿੰਨੇ ਭੈਣ ਭਾਈ ਹੋ ਤੁਸੀਂ? 7 ਸੀਗੇ ਜੀ। ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਿਹਾ ਤੁਹਾਡੇ ਤੋਂ? ਕੀ ਘਟਨਾ ਹੋਈ? ਰਹਿ ਰਿਹਾ ਜੀ, ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਰੋਂ। ਕੀ ਘਟਨਾ ਵਾਪਰੀ ਸੀ ਜਿਹੜੀ ਵੱਖ ਰਹਿ? ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ, ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ। ਉਦੋਂ ਕੋਈ ਲੈਣਾ ਦੇਣਾ ਨਹੀਂ? ਕੋਈ ਲੈਣਾ ਦੇਣਾ ਨਹੀਂ, ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਇਹ ਹਾਲਾਤ ਹੁੰਦੇ। ਦੇਖੋ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇਨਕਾਊਂਟਰ? ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ, ਹਰ ਕੋਈ ਯੂਟਿਊਬ ਫੇਸਬੁੱਕ ਚਲਾ ਰਿਹਾ ਉੱਤੇ ਦੇਖੀ ਨਿਊਜ਼ ਜੀ। ਸਾਨੂੰ ਤਾਂ ਪਛਾਣ 'ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ। ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ? ਆਖਰੀ ਟਾਈਮ ਮਿਲੇ ਹੀ ਨਹੀਂ ਸਰ। ਹਾਂ ਬਿਲਕੁਲ, ਮੇਰਾ ਗੁਆਂਢੀ ਆ ਜੀ, ਕੋਲ ਹੀ ਘਰ ਆ ਮੇਰਾ ਜੀ। ਕਿੰਨੀ ਦੇਰ ਹੋ ਗਈ ਉਹ ਇਹਨੂੰ ਜੀ ਇੱਥੇ? ਲਾਗ ਭਾਗ ਹੋਇਆ ਜੀ 15-16 ਸਾਲ ਗਏ ਨੂੰ। ਮੁੜ ਕੇ ਮੈਂ ਤਾਂ ਜੀ ਸ਼ਕਲ ਵੀ ਨਹੀਂ ਦੇਖੀ, ਆਇਆ ਹੀ ਨਹੀਂ ਇੱਧਰ ਕਿਤੇ। ਬੇਦਖਲ ਕੀਤਾ ਇਹਨਾਂ ਨੇ? ਬੇਦਖਲ ਕਰਤਾ ਜੀ, ਜਦ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ, ਇਹਨਾਂ ਨੇ ਹੱਦ ਕੁ ਮੰਨੀ ਵੀ ਸਾਡੀ ਭੂਆ ਦੀ ਕੁੜੀ ਘਰ 'ਚ ਕਿੱਥੇ ਰੌਲਾ ਵੀ ਪੈਂਦਾ ਵੀ ਮਾੜਾ ਕੰਮ ਹੋਇਆ, ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ? ਨਹੀਂ, ਕੋਈ ਪਤਾ ਨਹੀਂ ਕਿੱਥੇ ਰਹਿੰਦਾ। ਕੋਈ ਕੰਮ ਕਰਦਾ? ਕੋਈ ਕੰਮ ਕਰਦਾ ਨਹੀਂ ਦੇਖਿਆ, ਨਾ ਉਹਦਾ ਪਤਾ ਲੱਗਿਆ, ਨਾ ਉਹਦੀ ਕਦੇ ਸ਼ਕਲ ਹੀ ਦੇਖੀ ਆ। 15-16 ਸਾਲ ਦੇ ਬਾਅਦ ਹੋ ਗਿਆ, ਇੰਨਾ ਟਾਈਮ ਹੋ ਗਿਆ ਜੀ। ਵਿੱਕੀ ਤੁਹਾਡੇ ਕੀ ਲੱਗਦੇ ਨੇ? ਬ੍ਰਦਰ ਆ ਜੀ, ਬੜਾ ਜੀ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀਗੀ। ਕਿੰਨੇ ਭੈਣ ਭਾਈ ਹੋ ਤੁਸੀਂ? 7 ਸੀਗੇ ਜੀ। ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਿਹਾ ਤੁਹਾਡੇ ਤੋਂ? ਕੀ ਘਟਨਾ ਹੋਈ? ਰਹਿ ਰਿਹਾ ਜੀ, ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਰੋਂ। ਕੀ ਘਟਨਾ ਵਾਪਰੀ ਸੀ ਜਿਹੜੀ ਵੱਖ ਰਹਿ? ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ, ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ। ਉਦੋਂ ਕੋਈ ਲੈਣਾ ਦੇਣਾ ਨਹੀਂ? ਕੋਈ ਲੈਣਾ ਦੇਣਾ ਨਹੀਂ, ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਇਹ ਹਾਲਾਤ ਹੁੰਦੇ। ਦੇਖੋ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇਨਕਾਊਂਟਰ? ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ, ਹਰ ਕੋਈ ਯੂਟਿਊਬ ਫੇਸਬੁੱਕ ਚਲਾ ਰਿਹਾ ਉੱਤੇ ਦੇਖੀ ਨਿਊਜ਼ ਜੀ। ਸਾਨੂੰ ਤਾਂ ਪਛਾਣ 'ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ। ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ? ਆਖਰੀ ਟਾਈਮ ਮਿਲੇ ਹੀ ਨਹੀਂ ਸਰ। ਹਾਂ ਬਿਲਕੁਲ, ਮੇਰਾ ਗੁਆਂਢੀ ਆ ਜੀ, ਕੋਲ ਹੀ ਘਰ ਆ ਮੇਰਾ ਜੀ। ਕਿੰਨੀ ਦੇਰ ਹੋ ਗਈ ਉਹ ਇਹਨੂੰ ਜੀ ਇੱਥੇ? ਲਾਗ ਭਾਗ ਹੋਇਆ ਜੀ 15-16 ਸਾਲ ਗਏ ਨੂੰ। ਮੁੜ ਕੇ ਮੈਂ ਤਾਂ ਜੀ ਸ਼ਕਲ ਵੀ ਨਹੀਂ ਦੇਖੀ, ਆਇਆ ਹੀ ਨਹੀਂ ਇੱਧਰ ਕਿਤੇ। ਬੇਦਖਲ ਕੀਤਾ ਇਹਨਾਂ ਨੇ? ਬੇਦਖਲ ਕਰਤਾ ਜੀ, ਜਦ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ, ਇਹਨਾਂ ਨੇ ਹੱਦ ਕੁ ਮੰਨੀ ਵੀ ਸਾਡੀ ਭੂਆ ਦੀ ਕੁੜੀ ਘਰ 'ਚ ਕਿੱਥੇ ਰੌਲਾ ਵੀ ਪੈਂਦਾ ਵੀ ਮਾੜਾ ਕੰਮ ਹੋਇਆ, ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ? ਨਹੀਂ, ਕੋਈ ਪਤਾ ਨਹੀਂ ਕਿੱਥੇ ਰਹਿੰਦਾ। ਕੋਈ ਕੰਮ ਕਰਦਾ? ਕੋਈ ਕੰਮ ਕਰਦਾ ਨਹੀਂ ਦੇਖਿਆ, ਨਾ ਉਹਦਾ ਪਤਾ ਲੱਗਿਆ, ਨਾ ਉਹਦੀ ਕਦੇ ਸ਼ਕਲ ਹੀ ਦੇਖੀ ਆ। 15-16 ਸਾਲ ਦੇ ਬਾਅਦ ਹੋ ਗਿਆ, ਇੰਨਾ ਟਾਈਮ ਹੋ ਗਿਆ ਜੀ। ਵਿੱਕੀ ਤੁਹਾਡੇ ਕੀ ਲੱਗਦੇ ਨੇ? ਬ੍ਰਦਰ ਆ ਜੀ, ਬੜਾ ਜੀ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀਗੀ। ਕਿੰਨੇ ਭੈਣ ਭਾਈ ਹੋ ਤੁਸੀਂ? 7 ਸੀਗੇ ਜੀ। ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਿਹਾ ਤੁਹਾਡੇ ਤੋਂ? ਕੀ ਘਟਨਾ ਹੋਈ? ਰਹਿ ਰਿਹਾ ਜੀ, ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਰੋਂ। ਕੀ ਘਟਨਾ ਵਾਪਰੀ ਸੀ ਜਿਹੜੀ ਵੱਖ ਰਹਿ? ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ, ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ। ਉਦੋਂ ਕੋਈ ਲੈਣਾ ਦੇਣਾ ਨਹੀਂ? ਕੋਈ ਲੈਣਾ ਦੇਣਾ ਨਹੀਂ, ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਇਹ ਹਾਲਾਤ ਹੁੰਦੇ। ਦੇਖੋ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇਨਕਾਊਂਟਰ? ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ, ਹਰ ਕੋਈ ਯੂਟਿਊਬ ਫੇਸਬੁੱਕ ਚਲਾ ਰਿਹਾ ਉੱਤੇ ਦੇਖੀ ਨਿਊਜ਼ ਜੀ। ਸਾਨੂੰ ਤਾਂ ਪਛਾਣ 'ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ। ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ? ਆਖਰੀ ਟਾਈਮ ਮਿਲੇ ਹੀ ਨਹੀਂ ਸਰ। ਹਾਂ ਬਿਲਕੁਲ, ਮੇਰਾ ਗੁਆਂਢੀ ਆ ਜੀ, ਕੋਲ ਹੀ ਘਰ ਆ ਮੇਰਾ ਜੀ। ਕਿੰਨੀ ਦੇਰ ਹੋ ਗਈ ਉਹ ਇਹਨੂੰ ਜੀ ਇੱਥੇ? ਲਾਗ ਭਾਗ ਹੋਇਆ ਜੀ 15-16 ਸਾਲ ਗਏ ਨੂੰ। ਮੁੜ ਕੇ ਮੈਂ ਤਾਂ ਜੀ ਸ਼ਕਲ ਵੀ ਨਹੀਂ ਦੇਖੀ, ਆਇਆ ਹੀ ਨਹੀਂ ਇੱਧਰ ਕਿਤੇ।
ਬੇਦਖਲ ਕੀਤਾ? ਇਹਨਾਂ ਨੇ ਬੇਦਖਲ ਕਰਤਾ ਜੀ, ਜਦ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ, ਇਹਨਾਂ ਨੇ ਹਦਕ ਮੰਨੀ ਵੀ ਸਾਡੀ ਭੂਆ ਦੀ ਕੁੜੀ ਘਰ 'ਚ ਕਿੱਥੇ ਰੌਲਾ ਵੀ ਪੈਂਦਾ ਵੀ ਮਾੜਾ ਕੰਮ ਹੋਇਆ, ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ? ਨਹੀਂ, ਕੋਈ ਪਤਾ ਨਹੀਂ ਕਿੱਥੇ ਰਹਿੰਦਾ, ਕੋਈ ਕੰਮ ਕਰਦਾ, ਕੋਈ ਕੰਮ ਕਰਦਾ ਨਹੀਂ ਦੇਖਿਆ, ਨਾ ਉਹਦਾ ਪਤਾ ਲੱਗਿਆ, ਨਾ ਉਹਦੀ ਕਦੇ ਸ਼ਕਲ ਦੇਖੀ ਆ। 15-16 ਸਾਲ ਦੇ ਬਾਅਦ ਹੋ ਗਿਆ, ਇੰਨਾ ਟਾਈਮ ਹੋ ਗਿਆ।